29-30 ਕਿੱਲਿਆਂ ਦਾ ਜਿਹੜਾ ਜ਼ਮੀਨ ਦਾ ਟੁਕੜਾ ਹੈ ਉੱਥੇ ਅਸੀਂ ਮੌਜੂਦ ਹਾਂ ਅਤੇ ਇਹ ਟੁਕੜਾ ਜਿਹੜਾ ਸੇਲ ਕਰਨਾ ਹੈਗਾ। 3 ਮੋਟਰਾਂ ਇਸ ਟੁਕੜੇ ਦੇ ਵਿੱਚ ਹੈਗੀਆਂ ਅਤੇ ਤੁਸੀਂ ਇਸ ਨੂੰ ਅਲੱਗ ਅਲੱਗ 3 ਟੁਕੜਿਆਂ ਦੇ ਵਿੱਚ ਵੀ ਲੈ ਸਕਦੇ ਹੋ, ਜਿਵੇਂ 12 ਕਿੱਲਿਆਂ ਦਾ ਇੱਕ ਹੈ, 7 ਕਿੱਲਿਆਂ ਦਾ ਇੱਕ ਹੈ ਅਤੇ 9-10 ਕਿੱਲਿਆਂ ਦਾ ਤਕਰੀਬਨ ਇੱਕ ਟੁਕੜਾ ਹੈਗਾ। ਜਿਹੜਾ 9-10 ਕਿੱਲਿਆਂ ਦਾ ਉਹ ਸੜਕ ਦੇ ਉੱਪਰ ਵੀ ਲੱਗਦਾ ਅਤੇ ਦੂਜੇ ਜਿਹੜੇ ਇੱਕ ਰਾਹ ਦੇ ਉੱਪਰ ਅਤੇ ਇੱਕ ਪਹੀ ਦੇ ਉੱਪਰ ਹੈ ਜਿਹੜਾ ਜ਼ਮੀਨ ਹੈ ਲੱਗਦੀ ਹੈ, ਅਤੇ ਜੇ ਸਾਰੀ ਇਕੱਠੀ ਲੈ ਲੈਂਦੇ ਹੋ ਤਾਂ ਇੱਕ ਪਹੀ ਇੱਕ ਰਾਹ ਅਤੇ ਇੱਕ ਸੜਕ ਦੇ ਉੱਪਰ ਹੈ ਜਿਹੜੀ ਇਹ ਜ਼ਮੀਨ ਹੈ ਜਿਹੜੀ ਲੱਗ ਜੂਗੀ। ਅਤੇ ਇੱਥੇ ਜੇ ਆਪਾਂ ਫਸਲਾਂ ਦੀ ਗੱਲ ਕਰੀਏ ਤਾਂ ਤਕਰੀਬਨ ਸਾਰੀਆਂ ਫਸਲਾਂ ਹੀ ਇੱਥੇ ਜਿਹੜੀਆਂ ਬੀਜੀਆਂ ਜਾ ਸਕਦੀਆਂ ਅਤੇ ਜ਼ਿਆਦਾਤਰ ਜਿਹੜੇ ਹੈਗੇ ਕਿੱਲੇ ਤਕਸੀਮ ਦੇ ਆ ਅਤੇ ਕੁਛ ਸਾਂਝੇ ਖਾਤੇ ਦੇ ਵੀ ਕਿੱਲੇ ਜਿਹੜੇ ਹੈਗੇ ਆ। ਤਾਂ 7 ਕਿੱਲਿਆਂ ਦੇ ਵਿੱਚ ਜਿਹੜਾ ਤੁਹਾਨੂੰ ਇੱਕ ਮਕਾਨ ਵੀ ਜਿਹੜਾ ਮਿਲੂਗਾ। ਤਾਂ ਜਿਹੜੇ ਚਾਹਵਾਨ ਨੇ ਉਹ ਨੀਚੇ ਦਿੱਤੇ ਨੰਬਰਾਂ ਦੇ ਉੱਪਰ ਹੈ ਜਿਹੜਾ ਸੰਪਰਕ ਕਰਕੇ ਜ਼ਿਆਦਾ ਜਾਣਕਾਰੀ ਹੈ ਜਿਹੜੀ ਹਾਸਲ ਕਰ ਸਕਦੇ। ਅਤੇ ਜੇ ਜ਼ਮੀਨ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਤਕਰੀਬਨ 27 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਦੀ ਜਿਹੜੀ ਡਿਮਾਂਡ ਹੈਗੀ